ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੈਂਡੇ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਕੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਵਾਹਿਗੁਰੂ ਸਾਹਿਬ ਜੀਓ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਬਿਯੋਗ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਬਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜ਼ਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਪੁਰਖ ਕਹੀਐ ਜੀਵਨ ਮੁਕਤ। ਜੋ ਵਰਤਾਏ ਸਾਈ ਜੁਗਤ, ਨਾਨਕ ਪੁਰਖ ਕਹੀਐ ਜੀਵਨ ਮੁਕਤ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਜੀ ਹਾਜ਼ਰੀਆਂ ਭਰ ਰਹੇ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਪ ਜੀ ਅੰਮ੍ਰਿਤ ਵੇਲੇ ਨਾਲ ਰੋਜ਼ਾਨਾ ਸਰਵਣ ਕਰਦੇ ਹੋ। ਆਓ ਗੁਰਮੁਖੋ, ਜਿਸ ਪਾਵਨ ਅਸ਼ਟਪਦੀ ਦਾ ਆਪਨੇ ਪਾਠ ਸਰਵਣ ਕੀਤਾ ਹੈ, ਇਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਦੇਹੋ ਅਸੀਸ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਸ ਪਾਵਨ ਪੌੜੀ ਦਾ ਪਾਠ ਆਪਨੇ ਸਰਵਣ ਕੀਤਾ ਹੈ ਨਾ, ਇਹਦੀ ਆਰੰਭਤਾ ਜੋ ਸਤਿਗੁਰੂ ਸਾਹਿਬ ਦੀ ਕਿਰਪਾ ਰਹਿਮ ਸਦਕਾ ਆਰੰਭ ਹੁੰਦੀ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ। ਬੜਾ ਪਿਆਰਾ ਸਪਸ਼ਟ ਅਰਥ ਹੈ। ਮਨੁੱਖ ਉਹੀ ਚੰਗਾ ਲੱਗਦਾ ਹੈ ਜਿਹੜਾ ਆਗਿਆਕਾਰ ਹੋਵੇ, ਬੱਚਾ ਉਹ ਚੰਗਾ ਜਿਹੜਾ ਆਗਿਆਕਾਰ ਹੋਵੇ। ਔਰ ਹਰ ਵੇਲੇ ਮਾਂ ਪਿਓ ਦੀ ਅਰਦਾਸ ਬੇਨਤੀ ਇਹ ਹੁੰਦੀ, ਮਹਾਰਾਜ ਸਾਡਾ ਬੱਚਾ ਆਗਿਆਕਾਰ ਬਣ ਜਾਏ। ਉਹ ਬੜਾ ਵੱਡਾ ਇੱਕ ਸੰਦੇਸ਼ਾ ਹੈ ਦੁਨੀਆ ਵਾਸਤੇ ਵੀ ਜੇ ਆਗਿਆਕਾਰ ਨਾ ਹੋਇਆ ਨਾ ਤਾਂ ਸਾਨੂੰ ਪਤਾ ਹੈ ਵੀ ਫਿਰ ਪਰਿਵਾਰ ਵਿੱਚ ਜੀਆਂ ਵਿੱਚ ਉਹਦੀ ਬਣੇਗੀ ਨਹੀਂ, ਉਹ ਕਿਸੇ ਨਾਲ ਮਿਲ ਕੇ ਨਹੀਂ ਬੈਠੇਗਾ। ਮਰਜ਼ੀ ਕਰੇਗਾ, ਮਰਜ਼ੀ ਦਾ ਮਾਲਕ ਹੋਏਗਾ, ਜਿਹਦੇ ਕਰਕੇ ਵਧੇਰੇ ਬਿਨਾਂ ਪੁੱਛੇ ਤੂੰ ਹਰ ਇੱਕ ਸਿਆਣੇ ਬੰਦੇ ਦੀ ਸਲਾਹ ਲੈਣ ਤੋਂ ਬਿਨਾਂ ਕੰਮ ਕਰੇਗਾ ਤਾਂ ਨੁਕਸਾਨ ਵੀ ਪਾਏਗਾ। ਇਸ ਕਰਕੇ ਆਗਿਆਕਾਰੀ ਵਧੇਰੇ ਮਾਂ ਬਾਪ ਨੂੰ ਹੁੰਦਾ ਹੈ ਕਿ ਸਾਡਾ ਧੀ ਪੁੱਤਰ ਆਗਿਆਕਾਰ ਜ਼ਰੂਰ ਚਾਹੀਦਾ ਹੈ। ਜਦੋਂ ਸਕੂਲ ਵਿੱਚ ਪੜ੍ਹਨ ਜਾਂਦਾ ਹੈ ਤਾਂ ਉੱਥੇ ਟੀਚਰ ਵੀ ਸੋਚਦਾ ਹੈ ਵੀ ਬੱਚਾ ਆਗਿਆਕਾਰ ਹੋਵੇ ਤਾਂ ਪੜ੍ਹਾਉਣ ਦਾ ਮਜ਼ਾ ਆਉਂਦਾ ਹੈ। ਕਿਸੇ ਵੀ ਜਗ੍ਹਾ ਦੇ ਉੱਪਰ ਮੰਨ ਲਓ ਕਿਸੇ ਜੋਬ 'ਤੇ ਜਾਂਦਾ ਹੈ ਤਾਂ ਉੱਥੇ ਵੀ ਡਿਸਿਪਲਨ ਇਹੀ ਸੋਚਦੇ ਵੀ ਜੇ ਉਹ ਜਿਹੜਾ ਆਇਆ ਹੋਇਆ ਉੱਥੇ ਇਨਸਾਨ ਹੈ ਡਿਊਟੀ ਕਰਨ ਵਾਲਾ, ਉਹ ਇੰਪਲੋਏ ਜਿਹੜਾ ਆ ਉਹ ਆਗਿਆਕਾਰ ਹੋਣਾ ਚਾਹੀਦਾ। ਤਾਂ ਵਰਕਰ ਨੂੰ ਨਾਲੇ ਲੱਗਦਾ ਹੈ, ਬੌਸ ਨੂੰ ਲੱਗਦਾ ਹੈ ਵੀ ਮੇਰੇ ਵਰਕਰ ਆਗਿਆਕਾਰ ਨੇ ਤਾਂ ਫਿਰ ਮੇਰਾ ਕੰਮ ਵਧੀਆ ਚੱਲੇਗਾ। ਕਿਉਂਕਿ ਆਗਿਆਕਾਰ ਹੋਣਾ ਸੰਸਾਰ ਵਾਸਤੇ ਜਿਵੇਂ ਜ਼ਰੂਰੀ ਹੈ, ਉਵੇਂ ਨਿਰੰਕਾਰ ਵਾਸਤੇ ਵੀ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਆਗਿਆਕਾਰ ਦੁਨੀਆ ਪਸੰਦ ਕਰਦੀ ਹੈ, ਪਰਮਾਤਮਾ ਨੂੰ ਵੀ ਆਗਿਆਕਾਰ ਪਸੰਦ ਹੈ। ਸਤਿਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਨਾ, ਉਹਨਾਂ ਨੇ ਗੁਰੂ ਸਾਹਿਬ ਨੂੰ ਐਵੇਂ ਨਹੀਂ ਹੀ ਰਜ਼ਾ ਲਿਆ, ਉਹ ਆਗਿਆਕਾਰ ਸੀ। ਉਹਨਾਂ ਦੇ ਮਹਾਰਾਜ ਨੂੰ ਬਚਨ ਸੁਣਦੇ ਹੁੰਦੇ ਸੀ, ਜਦੋਂ ਚਾਹੇ ਹੁਕਮਨਾਮੇ ਦੇ ਰੂਪ ਵਿੱਚ ਚਾਹੇ ਚਿੱਠੀ ਦੇ ਰੂਪ ਵਿੱਚ, ਜਿਸ ਤਰ੍ਹਾਂ ਵੀ ਕਿਸੇ ਸੁਨੇਹਾ ਸਿੱਖਾਂ ਕੋਲ ਵੀ ਮਿਲ ਜਾਣਾ ਉਹਨਾਂ ਭੱਜੇ ਹੀ ਆਉਣਾ।
आग्याकार सी। महाराज ने जिस समय कहना इस समय ही आना तू उदन ही जाना। मैं संखेप उदाहरण दे दिना, जिस वेले भाई मांझ जी का सब परिवार घर परिवार कारोबार खत्म हो गया, वो पिंड दे चौधरी होने के बावजूद भी सखी सवरिया नूं छड के चौधरपुणा छड के एक घा खोतण ते आ गए। तो गुरु अर्जन देव महाराज के चरणों के ऐसे दीवाने बने। तो महाराज ने आख्या सी तुझनू सुनेहा भेजांगे, चिट्ठी पावांगे, तू जिथे भी होवेंगा जिदां दी भी हालत विच होएगा तू पहुंचना है। घा खोतन वाली जिंदगी गुजार रहे सी तां उस वेले भी महाराज का हुक्मनामा मिलिया आ पंजवें पातशाह दा, तां किसी काम की परवाह नहीं की, पर आग्या मन्नी आ, आग्या मन के चले गए ने। जदों बाबा दीप सिंह वर्गे गुरमुख महान योधे अपने लागे पौवंड विखे आके रहन लग पए ना, तो जदों दसवें पातशाह जी गुरु गोबिंद सिंह जी दमदमा साहिब पहुंचे ना, तो उत्थों महाराज ने एक हुक्मनामा भेजा भी बाबा दीप सिंह नूं बुला के लिआउणा। सिख जदों पौवंड पहुंचिया महाराज का सुनेहा दिता, सुनदिआं सारी गदगद हो गया। उस वेले चाले पाते ये आग्याकार गुरसिखां दा जीवन सीगा। जे हुण इखे एक किड्डी कमाल दी उदाहरण मैं भाई गुरदास दीआं कविता चों जिक्र कर दिंना। भाई गुरदास कहिंदे जिहड़ा सिख गुरु दी आग्या मनदा है ना, संसार उहदी आग्या मनण लग पैंदा। सतगुर चरण शरण चल जाए सिख, तां चरण शरण जगत चल आवे। सतगुर आग्या सत सत कर माने सिख, आग्या ताहे सकल संसार हित आवे। जिहड़ा सिख गुरु की आग्या सत करके मनदा है सारा संसार उहदी आग्या मनन लग पैंदा। इना आग्याकार होना, इना गुरु की आग्या मनन दा उत्तम फल है, इना महान फल है। सतगुरु कहिंदे ने जदों जीवन च सतगुरु की बख्शिश लैणी ते करना की, कहिंदे प्रभ की आग्या आत्म हित आवै। मालक दी जिहड़ी आग्या मिलनी, जिहड़ा वाहिगुरु दा हुक्म होना उहनूं आत्म हित आवे। आत्मा नूं हितल, आत्मा तो हितल आके मनना, हित मैने प्यार लग स्नेह नाल, बद्दा चट्टी नहीं, भावे थोड़ा कर ले पर आग्या करी, आग्या मन के थोड़ा। मारक वचन बाणी च बड़ा प्यारा कीता, हर जन उत्तम भगत सदावै। जिहड़ा हरी दा जन है वह उत्तम भगत तां सदाउंदा है, क्यों? क्योंकि आग्या मान सुख पाई, उन्हें आग्या मन के सत करके मन्या। आग्या मान सुख पाई, जोत सुभावै सो सत कर मानै, भाणा मन वसाई। उन्हें भाणे नूं सत करके मन्या, ते जिन्हां ने भाणे नूं सत करके मन्या हुंदा उह सतगुरु दीआं बख्शिशां पाउंदे ने। मैं उदाहरण दिना हुणा, जिक्र अक्सर करदा, बड़े प्यारे महापुरख होए जिहड़े संत प्रेम सिंह जी मुराले वाले, वह अक्सर ही जो संताली की वंड नहीं सी ना हुई तो उदों पंजाब विच दोवां पासे बड़े आराम नाल विचरदे हुंदे सी, ते बड़ा प्रचार करदे रहे, गुरसिखी का वो प्रचार उन्हां कीता। लुबाणे परिवार चों सी ते उन्हां ने चंगी गुरमत पढ़ी, गुरमत का प्रचार प्रसार किया। वह जदों गुजरात विच रह रहे सी ना, गुजरात विच, गुजरात दे विच एक मुसलमान औरत ने, बच्ची ने, घर की मजबूरी जिहदे विच उहदे सारे जिंदगी दे दुख उत्ते आ पए, इकली रह गई वंड दे दौरान। कोई संगी साथी धी पुत्र मित्र भरा कोई ना रहा, दुखी हो गई, चिंता विच मर रही सी। एक गुरसिख ने साथ दिता, साथ दिता तो उसने आख्या मैं तुहाडे नाल व्याह करवाउण नूं तैयार हाँ, मेरी जिंदगी बसर हो जाएगी। गुरसिख ने गुरसिखां भाइयां नाल गलबात कीती, उहने आख्या अमृतधारी हो के कोई नहीं आनंद कारज कर दिओ, ते मन दी तैयार है। कहते बच्ची ने अमृत छक के ते गुरसिख नाल आनंद कारज करा लिया। पर हैरान वाली बात है, सिखां दे विच ही उस औरत प्रति नफरत पैदा हो गई कि एक मुसलमान बीबी सिख नाल किवें विआह करा सकती सी।
पर कहिंदे इस कारण करके लोकां ने उन्हां दोनां जीआं नाल वर्तना विहार करना छड्ड दित्ता, वरतों विहार छड्ड दित्ता। लोकां विच नफरत ही नफरत हो गई, सिखां विच भी नफरत हो गई। बाबा प्रेम सिंह जी, संत प्रेम सिंह जी मराले वाले जदों गुजरात गए तो उस सिख का पता लगा भी उस दे नाल ते इस तरह लोग विहार करते भी जिवें सत बगाना होवे, जिवें कदे उह अपना है ही नहीं सी। जो पता लगा भी बच्ची ने अमर छकिया है, दोवें जी गुरसिख ने, तो फिर इहदे विच ते इतराज वाली गल ही कोई नहीं गई। तो फिर उन्होंने घरों जाके संत प्रेम सिंह जी उन्हां ने फुलका छकिया, जाके नाल गुरसिख सी सारिया ने छकिया, भुलेखा दूर किया आ भी जदों अमृतधारी बंदा हो जाता है उदों कोई जात वर्ण कोल नहीं रहिंदी, सब एक होंदे ने। ता इस करके उन्हां जिहड़ी लोकां विच नफरत सी, लोकां विच एक हउआ बनिया होया सी, उसनों खत्म किया। खत्म करन दा तरीका सी सतगुर दी बाणी, बाणी दे उदाहरणां राहीं, बाणी दे जरिए राहीं बाबा प्रेम सिंह जी मुराले वालिया ने उस जगह दे उपर उन्हां लोकां दे विच उन्हां दोहां जीआं दा इतफाक बना दिता, प्यार बना दिता, लोकां विच आपसी मेल मिलाप बनन लग पिया, उन्हां दे घर धर्मशाला बन गई। जिहड़े नफरत करदे सी, जिन्हां नाल नफरत हुंदी सी, उन्हां दे घर धर्मशाला बन गई, सवेरे शाम सतसंग होण लग पिया। कारण यह सी भी इस गल नूं समझा दिता भी मालक की जिहड़ी आग्या मननी ना, गुरु का हुक्म मनना आ, उहनूं हित तो मनना। हर जन उत्तम भगत सदावै, आग्या मान सुख पाई, जोत सुभावै सो सत कर मानै, भाणा मन वसाई। हजूर कहिंदे आ ना, जीवन मुक्त सऊ कहावै, जिउंदे जी उह मुक्त जीवन हो गया, जिउंदे जी। सतगुर साहिब की बाणी का बड़ा प्यारा बचन है, हरख सोग जाके नहीं बैरी मीत समान, कहो नानक सुन रे मना मुक्त ताहे तै जान। वो जीवन जिउंदिया जी मुक्त, उन्हूं मुक्ति दे होण वास्ते कोई तप साधना की लोड़ नहीं है। वो जिन्हें चंगे कर्म दुनिया ते कीते वो जिउंदिया जी मुक्त है। जिहड़ा वहमां भरमां तों आजाद है वह जिउंदिया मुक्त है। दुनिया दियां पखंडियां वालियां रीतियां रिवाजां तों दूर है तो वह जिउंदिया जी मुक्त है। जीवन मुक्त, गुरु रामदास महाराज कहिंदे ने जीवन मुक्त सुवाखीए मर जीवे मरिया, वह मुक्त है। महाराज सच्चे पातशाह कहिंदे ने तैसा हरख तैसा उस सोग, हुण जिहदा जिहदी जिहड़ा आग्या हिरदे तों मन मनदा पिया है ना, महाराज कहिंदे उहदे वास्ते खुशी ते गमी एक बराबर हो जांदी है। तैसा हरख तैसा उस सोग, हरख हुंदा खुशी, सोग हुंदा गमी, उहदे वास्ते खुशी ते गमी एक बराबर है। सच है दुनियादारी जे जदों खुशी आउंदी है ते खुश हो के रब भुल गया, सोग आ गया, दुख आ गया ते रब चेते आउंदा है। महाराज सच्चे पातशाह कहिंदे ने इक बाणी दा बड़ा प्यारा बचन है, पाछक कहिंदे ने भी जाको चिंता बहुत बहुत देही व्यापै रोग, भी शरीर उपर बड़ी चिंता है जीवन उत्ते ते कोई ना कोई रोग, दुख रोग शरीर नूं चंबड़े रहिंदा हर वेले। जाको चिंता बहुत बहुत देही व्यापै रोग, ग्रस्त कुटुंब पलेटिया कदे हरख कदे सोग। ते महाराज कहिंदे ने गौण करे चहुं कुंट का घड़ी ना बैसण सोया, अपने चिंतावां नूं दुखां नूं दूर करन वास्ते हर एक थां ते दौड़ भज कर रहा है, पर चैन नहीं मिल रहा, टका नहीं मिल रहा, दुख रोग दूर नहीं हो रहा, बड़ी भटकना विच है कि बस दुख मुक जाए, सोग मुक जाए, खुशी आ जाए, इस तरह की दौड़ है। गौण करे चहुं कुंट का, चौहां दिशावां वल दौड़ भज पूरी, घड़ी ना बैसण सोए, घड़ी भी उन्हूं बहना नहीं मिलता पिया, कहिंदे फिर उन्हूं टिका किदां मिलू, किदां उन्हूं खुशी मिलू। कहिंदे ने बहुता औखा काम नहीं है, की करना है, कहिंदे चित आवै उस पार ब्रह्म तां तन मन शीतल होए, बस वाहिगुरु नूं चेते कर लई तन मन शीतल हो जाएगा, उहदा सुभाअ ऐसा बन जाएगा। तैसा हरख तैसा उस सोग, हरख अनंत सोग नहीं बीया, सो घर गुरु नानक कहो दिया,
ਹਰਖ ਸੋਗ ਦੁਏ ਸਮ ਕਰ ਜਾਣੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਐਸਾ ਸਿੱਖ ਹੋਵੇ ਜਿਹੜਾ ਦੁੱਖ ਤੇ ਸੁੱਖ ਨੂੰ ਬਰਾਬਰ ਸਮਝਦਾ ਹੋਵੇ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਦਾ ਆਨੰਦ ਤਹਿ ਨਹੀਂ ਬੇਯੋਗ, ਉਹਦੇ ਜੀਵਨ ਸਦਾ ਵਾਸਤੇ ਆਨੰਦ ਆ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਆਨੰਦ ਤਹਿ ਨਹੀਂ ਬੇਯੋਗ। ਉਹਨੂੰ ਬੇਯੋਗ ਮੈਂ ਹੁੰਦਾ ਵਿਛੋੜਾ, ਉਹਨੂੰ ਵਿਛੋੜਾ ਨਹੀਂ ਪੈਂਦਾ ਰੱਬ ਤੋਂ, ਜਿਹੜਾ ਸਦਾ ਹੀ ਆਨੰਦ ਵਿੱਚ ਪੈ ਗਿਆ। ਕੋਈ ਚੰਗਾ ਕਹਿ ਗਿਆ, ਕੋਈ ਮਾੜਾ ਕਹਿ ਗਿਆ, ਇਸ ਗੱਲ ਦਾ ਖਿਆਲ ਹੀ ਕਦੇ ਜਿਹਨ ਵਿੱਚ ਨਹੀਂ ਆਇਆ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਸੇਵਕ ਨਹੀਂ ਹੁੰਦਾ ਜਿਹੜਾ ਆਪਣੀ ਵਡਿਆਈ ਸੁਣੇ। ਜੇ ਕੋਈ ਮਾੜੇ ਦੋ ਚਾਰ ਲਫ਼ਜ਼ ਬੋਲ ਵੀ ਗਿਆ ਤੇ ਉਹਦਾ ਗੁੱਸਾ ਕਰਕੇ ਤੇ ਮੁੜ ਕੇ ਗੁਰਦੁਆਰੇ ਜਾਣ ਨੂੰ ਛੱਡ ਦੇ, ਕਹਿੰਦੇ ਉਹ ਸੇਵਕ ਨਹੀਂ ਹੁੰਦਾ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਤਤ ਸਮੁੰਦਰ ਸੀ ਕੋਈ ਕੋਟ ਮੰਦਾ ਹੀ। ਜਿਹੜਾ ਸਭ ਨੂੰ ਬਰਾਬਰ ਦੇਖਦਾ ਹੋਵੇ ਕਰੋੜਾਂ ਵਿੱਚੋਂ ਇੱਕ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਦਾ ਆਨੰਦ ਤੈ ਨਹੀਂ ਬੇਯੋਗ, ਉਹਦੇ ਜੀਵਨ 'ਚ ਵਿਛੋੜਾ ਨਹੀਂ ਹੁੰਦਾ, ਆਨੰਦ ਹੀ ਰਹਿੰਦਾ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਉਹਦੇ ਵਾਸਤੇ ਸੋਨਾ ਤੇ ਮਿੱਟੀ ਇੱਕ ਬਰਾਬਰ। ਇਹਦਾ ਮਤਲਬ ਹੈ ਉਹਦੀ ਬਿਰਤੀ ਇਹ ਨਹੀਂ ਵੀ ਮੈਂ ਹੁਣ ਸੋਨਾ ਹੀ ਮਾਇਆ ਇਕੱਠੀ ਕਰਾਂ। ਹੁਣ ਪਤਾ ਵੀ ਮਾਇਆ ਮਿੱਟੀ ਦੀ ਤਰ੍ਹਾਂ ਹੈ। ਹਾਂ, ਗੁਜ਼ਰਾਨ ਜ਼ਰੂਰ ਹੈ, ਗੁਜ਼ਾਰਾ ਜ਼ਰੂਰ ਇਸ ਦੇ ਨਾਲ ਹੋਣਾ ਹੈ, ਪਰ ਇਹ ਨਹੀਂ ਹੈ ਵੀ ਹੁਣ ਸਭ ਕੋਈ ਦੁਨੀਆ ਹੀ ਭੁੱਲ ਜਾਵਾਂ ਇਹਦੇ ਮਗਰ, ਵੀ ਆਪਣੇ ਰਿਸ਼ਤੇ ਹੀ ਭੁੱਲ ਜਾਵਾਂ, ਪਰਿਵਾਰ ਹੀ ਭੁੱਲ ਜਾਵਾਂ, ਰੱਬ ਹੀ ਭੁੱਲ, ਸਭ ਕੁਝ ਹੀ ਭੁੱਲ ਜਾਵਾਂ ਤੇ ਬਸ ਮਾਇਆ ਚੇਤੇ ਰਹਿ ਜਾਏ। ਕਹਿੰਦੇ ਇਹਦਾ ਮਤਲਬ ਕੀ ਹੈ ਕਿ ਉਸ ਬੰਦੇ ਨੇ ਰੱਬ ਨੂੰ ਪਛਾਣਿਆ ਹੀ ਨਹੀਂ, ਮਾਇਆ ਪਛਾਣੀ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਇੱਕ ਦਿਨ ਇਹ ਜੀਵਨ ਵੀ ਨਰਕ ਬਣਾ ਕੇ ਰੱਖ ਦਿੰਦੀ ਜ਼ਿੰਦਗੀ। ਹੁੰਦਾ ਐਸਾ ਹੀ ਹੈ ਜਦੋਂ ਹਰ ਵੇਲੇ ਬੰਦੇ ਨੂੰ ਇਸ ਤਰ੍ਹਾਂ ਦੀ ਬਿਰਤੀ ਤੇ ਸੋਚ ਬਣੀ ਰਵੇ ਬਸ ਮਾਇਆ ਆਵੇ ਮਾਇਆ ਆਵੇ, ਤਾਂ ਉਹ ਜ਼ਿੰਦਗੀ ਬਹੁਤੀ ਸੌਖੀ ਨਹੀਂ ਹੁੰਦੀ, ਉਹ ਵੀ ਆਸਾਨ ਨਹੀਂ ਹੁੰਦੀ। ਮਹਾਰਾਣੀ ਜਗਰ ਬਾਣੀ 'ਚ ਕੀਤਾ ਹੋਇਆ ਇਸ ਗੱਲ ਦਾ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿਹਦੇ ਘਰ ਜ਼ਿਆਦਾ ਹੈ ਨਾ, ਇਹ ਨਾ ਸੋਚੇ ਵੀ ਉਹਨੂੰ ਚਿੰਤਾ ਨਹੀਂ, ਉਹਨੂੰ ਸਗੋਂ ਵੱਧ ਚਿੰਤਾ ਹੈ। ਰੱਖਣ ਦੀ ਚਿੰਤਾ ਹੈ, ਲੁੱਟੇ ਜਾਣ ਦੀ ਚਿੰਤਾ ਹੈ, ਗਵਾਚ ਜਾਣ ਦੀ ਚਿੰਤਾ, ਬੜੀਆਂ ਚਿੰਤਾਵਾਂ ਨੇ ਇਹਦੇ ਕੋਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੈਸਾ ਸਵਰਨ ਤੈਸੀ ਉਸ ਮਾਠੀ। ਇੱਕ ਸੇਠ ਆਪਣੇ ਮੁਨਸ਼ੀ ਨੂੰ ਪੁੱਛਦਾ, ਮੁਨਸ਼ੀ ਹਿਸਾਬ ਲਾ ਕੇ ਦੱਸਾਂ ਮੇਰੇ ਕੋਲ ਰਕਮ ਕਿੰਨੀ ਕੁ ਹੈ, ਕਿੰਨਾ ਕੁ ਚਿਰ ਤੱਕ ਮੇਰਾ ਗੁਜ਼ਰਾਨ ਹੋ ਸਕਦਾ ਹੈ। ਤਾਂ ਉਹ ਹਿਸਾਬ ਲਾ ਕੇ ਦੱਸਦਾ, ਕਹਿੰਦਾ ਵੀ ਚਾਰ ਪੀੜ੍ਹੀਆਂ ਤੇ ਆਰਾਮ ਨਾ ਖਾ ਸਕਦੀਆਂ ਨੇ। ਤਾਂ ਸੇਠ ਜੀ ਹੁਣੀ ਚਿੰਤਾ 'ਚ ਪੈ ਜਾਂਦੇ ਆ, ਰੋਣ ਵਰਗਾ ਮੂੰਹ ਹੋ ਜਾਂਦਾ ਹੈ, ਬੜੀ ਨਿਡਾਲ ਜੀ ਅਵਸਥਾ ਹੋ ਜਾਂਦੀ। ਤਾਂ ਪੁੱਛਦਾ ਮੁਨਸ਼ੀ, ਕਹਿਣ ਲੱਗਾ ਸੇਠ ਜੀ ਇੰਨੇ ਪਰੇਸ਼ਾਨ ਹੋ ਗਏ ਕਿਹੜੀ ਗੱਲੋਂ? ਕਹਿਣ ਲੱਗਾ ਚਾਰ ਪੀੜ੍ਹੀਆਂ ਜੋਗਾ ਤੇ ਇਕੱਠਾ ਕੀਤਾ, ਪੰਜਵੀਂ ਪੀੜ੍ਹੀ ਕੀ ਖਾਊਗੀ? ਉਹ ਹੈਰਾਨ ਹੋ ਕੇ ਕਹਿਣ ਲੱਗਾ ਤੁਸੀਂ ਆਪਣਾ ਮੇਰਾ ਹਿਸਾਬ ਕਰ ਦਿਓ, ਮੈਂ ਆਪਦੇ ਘਰੇ ਜਾਣਾ ਤੁਹਾਡੇ ਨਾਲ। ਤਾਂ ਮੈਂ ਇੰਨਾ ਚੰਗਾ ਵੀ ਤੁਹਾਡੇ ਕੋਲ ਦਿਹਾੜੀ ਦੇ ਤੌਰ 'ਤੇ ਭਾਵੇਂ ਕੰਮ ਕਰਾਂ, ਪਰ ਮੈਂ ਕਦੀ ਇੰਨੀ ਚਿੰਤਾ ਨਹੀਂ ਲਈ ਵੀ ਮੈਂ ਇਹ ਨਹੀਂ ਚਿੰਤਾ ਲਈ ਵੀ ਮੈਨੂੰ ਮੇਰੇ ਨਾਲ ਕੱਲ੍ਹ ਕੀ ਹੋਣਾ। ਮੈਂ ਤਾਂ ਕਦੀ ਇਹ ਨਹੀਂ ਸੋਚਿਆ ਪਤਾ ਨਹੀਂ ਰੱਬ ਨੇ ਰੋਟੀ ਸਾਨੂੰ ਕੱਲ੍ਹ ਦੇਣੀ ਕਿ ਨਹੀਂ ਦੇਣੀ, ਮੈਂ ਤਾਂ ਕਦੀ ਇਸ ਗੱਲ ਦੀ ਚਿੰਤਾ ਨਹੀਂ ਕੀਤੀ। ਮੈਂ ਇਹ ਸੋਚਦਾ ਵੀ ਜਿਹਨੇ ਪੈਦਾ ਕੀਤਾ ਉਹ ਦਏਗਾ ਜ਼ਰੂਰ, ਜਿਹਨੇ ਪੈਦਾ ਕੀਤਾ ਹੈ ਨਾ ਉਹ ਦਏਗਾ ਜ਼ਰੂਰ। ਤੇਰੇ ਨਾਲੋਂ ਮੈਂ ਹਜ਼ਾਰ ਗੁਣਾ ਚੰਗਾ ਹੈ, ਪਰ ਮੈਨੂੰ ਤੇ ਕੱਲ੍ਹ ਦੀ ਵੀ ਚਿੰਤਾ ਨਹੀਂ, ਤੈਨੂੰ ਤੇ ਪੰਜਵੀਂ ਪੀੜ੍ਹੀ ਦੀ ਚਿੰਤਾ ਖਾ ਰਹੀ ਹੈ। ਸੱਚ ਹੈ ਜਦੋਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਹਰ ਵੇਲੇ ਇਹੋ ਜਿਹੀ ਬਿਰਤੀ ਬਣ ਜਾਏ ਨਾ, ਉਹ ਵੀ ਕੋਈ ਜ਼ਿੰਦਗੀ ਬਹੁਤ ਚੰਗੀ ਨਹੀਂ ਹੁੰਦੀ। ਚਿੰਤਾਵਾਂ ਨਹੀਂ ਭਰੀ, ਡਿਪਰੈਸ਼ਨ ਨਾ ਭਰੀ। ਬੜੇ ਬੜੇ ਲੋਕ ਨੇ ਰਾਤ ਨੂੰ ਸੌਣ ਲੱਗਿਆ ਨੀਂਦ ਦੀ ਗੋਲੀ ਖਾ ਕੇ ਸੌਂਦੇ ਨੇ, ਜਿਹਨਾਂ ਨੂੰ ਨੀਂਦ ਨਹੀਂ ਆਉਂਦੀ। ਚੰਗਾ ਸੋਹਣਾ ਬੈੱਡ ਲੱਗਾ ਹੋਇਆ, ਵਧੀਆ ਪ੍ਰਬੰਧ, ਵਧੀਆ ਏਸੀ ਵੀ ਚੱਲਦਾ ਹੋਵੇ ਨਾ, ਮਤਲਬ ਸੋਹਣੇ ਗੱਦੇ ਲਾਏ ਹੋਣ, ਤੇ ਫਿਰ ਵੀ ਕਈ ਵਾਰ ਬੰਦਾ ਬੇਚੈਨੀ 'ਚ ਰਹਿੰਦਾ। ਪਰ ਕਈ ਵਾਰ ਤੁਸੀਂ ਵੇਖਿਆ ਹੈ ਸੜਕ ਦੇ ਉੱਪਰ ਰਿਕਸ਼ੇ ਚਲਾਉਣ ਵਾਲੇ ਨੇ ਰਿਕਸ਼ਾ ਹੀ ਸਾਈਡ 'ਤੇ ਲਾਇਆ, ਤੂੰ ਉੱਤੇ ਲੰਮੇ ਪਿਆ, ਕਾਠੀ ਉੱਪਰ ਲੱਤਾਂ ਲੱਕ ਕੇ ਪਿਆ, ਇੰਨੇ ਹਾਰਨ ਵੱਜੀ ਜਾਂਦੇ ਆ, ਗੱਡੀਆਂ ਲੰਘੀ ਜਾਂਦੀਆਂ, ਐਂ ਆਰਾਮ ਨਾਲ ਸੁੱਤਾ।
ਉਹਨੂੰ ਬੜੀ ਵਧੀਆ ਨੀਂਦ ਆ ਰਹੀ ਹੁੰਦੀ ਕਿਤੇ। ਕਾਰਨ ਇਹ ਹੈ ਵੀ ਇਸ ਬੰਦੇ ਦੀ ਬਿਰਤੀ ਨੇ ਮਾਇਆ ਨੂੰ ਨਹੀਂ ਝੰਜੋੜਿਆ, ਜਾਂ ਮਾਇਆ ਨੇ ਇਸ ਦੀ ਬਿਰਤੀ ਨੂੰ, ਇਸ ਦੀ ਸੁਰਤ ਨੂੰ ਖੰਡਾਇਆ ਨਹੀਂ ਹੈ। ਤੇ ਹੁਣ ਉਹ ਚੰਗੇ ਬੈੱਡ ਤੇ ਸੌਂ ਕੇ ਵੀ ਨੀਂਦ ਨਹੀਂ ਪਾ ਰਿਹਾ ਤੇ ਉਹ ਰਿਕਸ਼ੇ ਤੇ ਪਿਆ ਹੋਇਆ ਨੀਂਦ ਪੂਰੀ ਕਰ ਰਿਹਾ। ਇਹਦਾ ਮਤਲਬ ਹੈ ਕਿ ਉਸ ਮਾਇਆ ਨੇ ਉਹਨੂੰ ਸਿਦਕ ਦਿੱਤਾ ਹੋਇਆ, ਜਿਹੜੀ ਉਹ ਕਮਾ ਰਿਹਾ ਉਹ ਸਿਦਕ ਵਾਲੀ ਨੀਂਦ ਆ, ਉਹ ਆਨੰਦ ਵਾਲੀ ਨੀਂਦ ਆ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨੂੰ ਜਿਸ ਬਿਰਤੀ, ਜੇ ਅੰਦਰ ਹਿਰਦੇ ਵਿੱਚ ਰੱਬ ਦੇ ਪ੍ਰਤੀ ਕੋਈ ਪਿਆਰ ਹੈ ਨਾ, ਜੇ ਵਿਸ਼ਵਾਸ ਹੈ ਜਿਹਨੇ ਪੈਦਾ ਕੀਤਾ ਦੇਗਾ ਜ਼ਰੂਰ, ਆਪੇ ਕੱਲ੍ਹ ਪ੍ਰਬੰਧ ਕਰ ਦੇਣਾ। ਤੇ ਜਦੋਂ ਉਹਨੂੰ ਮਿਲਣੀ ਹੈ ਨਾ ਸੁੱਤੇ ਪਿੰਡ, ਰੋਟੀ ਦੇਣੀ ਹੈ ਰੱਬ ਨੇ, ਤੇ ਗਾਹਕ ਨੇ ਆ ਕੇ ਉਹਨੂੰ ਸੁੱਤੇ ਨੂੰ ਉਠਾ ਦੇਣਾ ਵੀ ਯਾਰ ਉੱਥੇ ਜਾਣਾ ਹੀ, ਉਹਨੂੰ ਜਦੋਂ ਦੇਣੀ ਆ ਤੇ ਉਹਨੂੰ ਦੇਣੀ ਹੀ ਦੇਣੀ ਆ, ਕਿਸੇ ਬਹਾਨੇ ਨਾ ਦੇਵੇ, ਉੱਥੇ ਬੰਦਾ ਪਹੁੰਚ ਜਾਣਾ ਉਹਦੇ ਕੋਲ, ਬਸ ਦੇਣ ਵਾਲਾ ਜਰੀਆ ਬਣ ਜਾਣਾ ਰੱਬ ਨੇ ਕੋਈ ਬਣਾ ਦੇਣਾ। ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਤੈਸਾ ਸਵਰਨ ਤੈਸੀ ਉਹ ਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਹਦੇ ਵਾਸਤੇ ਅੰਮ੍ਰਿਤ ਵੀ ਇੱਕੋ ਜਿਹਾ, ਤੇ ਉਹਦੇ ਵਾਸਤੇ ਇਹ ਹੈ ਵੀ ਜਿਹੜੀ ਦੁਨੀਆਂ ਦੇ ਪਦਾਰਥਾਂ ਦੀ ਮਾਇਆ ਦੀ ਖੱਟੀ ਕੀਤੀ ਹੈ ਨਾ, ਉਹ ਵੀ ਇਸੇ ਤਰ੍ਹਾਂ ਦੀ। ਇਹਨੂੰ ਜ਼ਹਿਰ ਤੇ ਅੰਮ੍ਰਿਤ ਇੱਕ ਸਮਾਨ ਦਿਸ ਪਏ, ਸਮਝ ਆ ਗਈ ਵੀ ਜ਼ਹਿਰ 'ਚ ਕੀ ਫਰਕ ਹੈ ਤੇ ਅੰਮ੍ਰਿਤ 'ਚ ਕੀ ਫਰਕ ਹੈ, ਸਮਝ ਤਾਂ ਆ ਗਈ ਹੈ ਹੁਣ, ਪਰ ਇੱਕ ਬਰਾਬਰ ਲੱਗਣ ਲੱਗ ਪਏ ਨੇ। ਤੈਸਾ ਮਾਣ ਤੈਸਾ ਅਭਿਮਾਨ, ਉਹਦੇ ਵਾਸਤੇ ਕੋਈ ਆਦਰ ਦੇ ਗਿਆ ਉਹਨੂੰ, ਕੋਈ ਮਾੜਾ ਬੋਲ ਗਿਆ, ਇਸ ਗੱਲ ਦਾ ਫਰਕ ਹੀ ਕੋਈ ਨਹੀਂ ਹੈ। ਹਰ ਸ਼ੋਗ ਤੇ ਰਹੇ ਨਜ਼ਾਰੋ ਨਾਹੇ ਮਾਨ ਅਪਮਾਨਾ, ਐਸੀ ਬਿਰਤੀ। ਤੈਸਾ ਰੰਕ ਤੈਸਾ ਰਾਜਾਨ, ਉਹਦੇ ਵਾਸਤੇ ਰੰਕ ਹੁੰਦਾ ਕੰਗਾਲ, ਰਾਜਾਨ ਰਾਜਾ, ਉਹਦੇ ਵਾਸਤੇ ਰਾਜਾ ਤੇ ਭਿਖਾਰੀ ਇੱਕ ਹੋ ਗਏ, ਕਿਉਂਕਿ ਦੋਨਾਂ ਵਿੱਚ ਰੱਬ ਦਿਸ ਪਿਆ, ਰਾਜੇ ਜੀ ਦਿਸ ਪਿਆ, ਭਿਖਾਰੀ ਜੀ ਦਿਸ ਪਿਆ। ਸਮਝ ਆ ਗਈ ਜੋ ਵਰਤਾਏ ਸਾਈ ਜੁਗਤ, ਸਮਝ ਆ ਗਈ ਵੀ ਵਾਹਿਗੁਰੂ ਜੋ ਵਰਤਾ ਰਿਹਾ ਵਾਹਿਗੁਰੂ ਦੀ ਖੇਡ ਹੈ, ਕਿਸੇ ਨੂੰ ਚੰਗਾ ਦੇ ਰਿਹਾ ਕਿਸੇ ਨੂੰ ਮਾੜਾ। ਜਿੱਥੇ ਜਿੱਥੇ ਜਾ ਰੱਬ ਨੇ ਜਿਸ ਜੀਵ ਨੂੰ ਰੱਖਿਆ ਹੋਇਆ ਨਾ, ਬਿਲਕੁਲ ਚੰਗਾ ਰੱਖਿਆ ਹੋਇਆ। ਇਹ ਨਹੀਂ ਅਸੀਂ ਕਈ ਵਾਰ ਸੋਚਦੇ ਹਾਂ ਵੀ ਯਾਰ ਰੱਬ ਨੇ ਇਸ ਬੰਦੇ ਨਾਲ, ਜੇ ਇਹਨੂੰ ਰੱਬ ਨੇ ਅਭੰਗ ਕੀਤਾ ਹੋਇਆ, ਕੋਈ ਅੰਗ ਸਰੀਰ ਪੈਰ ਦਾ ਪੂਰਾ ਨਹੀਂ ਹੈ, ਤੇ ਰੱਬ ਨੇ ਮਾੜਾ ਕੀਤਾ। ਚਲੋ ਉਹ ਵਾਹਿਗੁਰੂ ਦੀ ਖੇਡ ਆ, ਆਪਾਂ ਨੂੰ ਇਸ ਗੱਲ ਨਾਲ ਨਹੀਂ ਹੈ, ਪਰ ਉਹ ਤਾਂ ਵਾਹਿਗੁਰੂ ਦੀ ਰਜ਼ਾ ਹੈ। ਮੈਂ ਉਦਾਹਰਣ ਦਿੰਦਾ ਵੀ ਪਰਮਾਤਮਾ ਨੇ ਜਿਹਨੂੰ ਜਿਹਨੂੰ ਜਿੱਥੇ ਜਿੱਥੇ ਜਿਵੇਂ ਜਿਵੇਂ ਰੱਖਿਆ ਬਣਾਇਆ ਹੈ ਨਾ, ਉਹਦੀ ਰਜ਼ਾ ਜ਼ਰੂਰ ਹੈ। ਛੋਟੀ ਜਿਹੀ ਉਦਾਹਰਣ ਦਿੰਦਾ, ਬੜੀ ਪਿਆਰੀ ਸਮਝ ਜਾਓਗੇ। ਕਿਤੇ ਵੀ ਇੱਕ ਤਲਾਬ ਦੇ ਕਿਨਾਰੇ ਬੱਚੇ ਨਹਾ ਰਹੇ ਸੀਗੇ, ਇੱਕ ਬੱਚਾ ਅੱਖਾਂ ਤੋਂ ਅੰਨਾ ਸੀ ਤੇ ਉਹ ਵੀ ਕਿਨਾਰੇ ਤੇ ਬੈਠਾ ਹੈ, ਤੇ ਇੱਕ ਦੇਵੀ ਤੇ ਦੇਵਤਾ ਕਹਿੰਦੇ ਉਧਰੋਂ ਲਾਗੋ ਲੰਘ ਰਹੇ ਸੀ। ਸਿਰਫ ਇੱਕ ਸਮਝਣ ਵਾਸਤੇ ਕਹਾਣੀ ਹੈ, ਲਾਗੋ ਲੰਘ ਰਹੇ ਸੀ, ਉਹ ਕਹਿਣ ਲੱਗੇ ਨੇ ਵੀ ਦੇਵੀ ਜੀ ਕਹਿਣ ਲੱਗੇ ਵੀ ਤੁਸੀਂ ਇਹਨਾਂ ਨੂੰ ਕਿਰਪਾ ਕਰਕੇ ਅੱਖਾਂ ਦੀ ਦਾਤ ਅੱਖਾਂ ਦੇ ਦਿਓ, ਰੋਸ਼ਨੀ ਦੇ ਦਿਓ। ਉਹ ਕਹਿੰਦੇ ਨਹੀਂ, ਰਹਿਣ ਦੇ, ਰੱਬ ਨੇ ਜਿਹਨੂੰ ਜਿੱਥੇ ਜਿਵੇਂ ਰੱਖਿਆ ਹੁੰਦਾ ਉਹਨੂੰ ਉੱਥੇ ਠੀਕ ਹੈ। ਉਹ ਅੱਖ ਲੱਗੀ ਜਿੱਦ ਕਰਕੇ ਵੀ ਨਹੀਂ, ਕਿਰਪਾ ਕਰਕੇ ਤੁਸੀਂ, ਮਿੰਨਤ ਵਾਲੀ ਗੱਲ ਹੈ ਵੀ ਸਾਰੇ ਬੱਚੇ ਬੜੇ ਖੁਸ਼ ਹੋ ਕੇ ਨਹਾ ਰਹੇ, ਆਨੰਦ ਲੈ ਰਹੇ ਨੇ, ਇਹ ਵਿਚਾਰਾ ਇਕੱਲਾ ਬੈਠਾ, ਤੁਸੀਂ ਅੱਖਾਂ 'ਚ ਰੋਸ਼ਨੀ ਦਿਓ, ਇਹ ਵੀ ਨਾ ਲਵੇ, ਇਹ ਵੀ ਵਧੀਆ ਆਨੰਦ ਮਾਣ ਲਵੇ। ਉਹ ਜਿੱਦ ਕੀਤੀ, ਉਹ ਕਹਿਣ ਲੱਗੀ ਤੇ ਫਿਰ ਤੂੰ ਨਮੂਨਾ ਵੇਖਣਾ ਹੈ, ਕਹਿੰਦੀ ਵਿਖਾ ਤੇ, ਉਹਨੇ ਅੱਖਾਂ ਦੀ ਰੋਸ਼ਨੀ ਦਿੱਤੀ ਹੈ, ਉਹ ਵੇਖ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ, ਵੇਖੋ ਮੇਰੀ ਰੋਸ਼ਨੀ ਆ ਗਈ, ਮੈਨੂੰ ਦੱਸਣ ਲੱਗ ਪਿਆ। ਉਹਨੇ ਖੁਸ਼ੀ ਦੇ ਚਾਹ ਦੇ ਵਿੱਚ ਛਾਲ ਮਾਰੀ, ਛੱਪੜ ਵਿੱਚ ਨਾਲ ਦਾ ਬੰਦਾ ਡਬੋ ਦਿੱਤਾ। ਉਹ ਕਹਿਣ ਲੱਗੇ ਤੈਨੂੰ ਆਖਿਆ ਸੀ ਨਾ ਵੀ ਰੱਬ ਨੇ ਜਿਹਨੂੰ ਜਿੱਥੇ ਰੱਖਿਆ ਹੁੰਦਾ ਨਾ, ਠੀਕ ਕਰਕੇ ਰੱਖਿਆ ਹੁੰਦਾ। ਇਸੇ ਕਰਕੇ ਹੋ ਸਕਦਾ ਰੱਬ ਨੇ ਇਹਨੂੰ ਇਸੇ ਕਰਕੇ ਦਿੱਤੀ ਹੋਵੇ, ਇਸਨੇ ਇਸ ਤਰ੍ਹਾਂ ਕੀਤਾ ਹੋਵੇ। ਬਾਕੀ ਵਾਹਿਗੁਰੂ ਦੀਆਂ ਖੇਡਾਂ ਨੇ, ਰੱਬ ਦੀਆਂ ਰੱਬ ਜਾਣੇ, ਮਾਲਕ ਦੀਆਂ ਮਾਲਕ ਜਾਣਦਾ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਨਹੀਂ ਵੀ ਆਪਾਂ ਨਫ਼ਰਤ ਕਰਨੀ, ਹਮਦਰਦੀ ਸਭ ਨਾਲ ਹੈ, ਪਿਆਰ ਸਭ ਨਾਲ ਹੈ, ਪਰ ਅਸੀਂ ਰੱਬ ਦੇ ਕੀਤੇ ਉੱਤੇ ਕਟਾਕਸ਼ ਨਹੀਂ ਕਰ ਸਕਦੇ ਵੀ ਰੱਬ ਨੇ ਇਹ ਮਾੜਾ ਹੀ ਕਿਉਂ ਕੀਤਾ, ਕਿਉਂਕਿ ਮਹਾਰਾਜ ਦਾ ਬਚਨ ਵੀ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੁਮ ਸਦਾ ਸਦਾ ਦਿਆਲਾ, ਤੂੰ ਸਦਾ ਭਲਾਈ ਕਰਨ ਵਾਲਾ ਹੈ, ਸਤਿਗੁਰ ਸਭਨਾ ਦਾ ਭਲਾ ਮਨਾਇੰਦਾ, ਤੇ ਸਦਾ ਬੁਰਾ ਕਿਉਂ ਹੈ। ਹਜ਼ੂਰ ਕਹਿੰਦੇ ਨੇ ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਨਾਨਕ ਜੀ ਕਹਿੰਦੇ ਉਹ ਪੁਰਖ ਜਿਉਂਦੇ ਜੀ ਹੀ ਮੁਕਤ ਹੈ, ਉਹਨੂੰ ਮੁਕਤ ਆਖਿਆ ਜਾਂਦਾ ਹੈ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿੰਨ ਨਾਉ। ਪਰਮਾਤਮਾ ਦੇ ਸਾਰੇ ਘਰ ਨੇ, ਜਿੰਨੇ ਧਰਮ ਸਥਾਨ ਬਣੇ, ਜਿੰਨੇ ਹਿਰਦੇ ਨੇ, ਜਿੰਨੇ ਇਨਸਾਨ ਨੇ, ਜਿੰਨੇ ਜੀਵ ਜੰਤ ਨੇ, ਸਾਰੇ ਰੱਬ ਦੇ ਘਰ ਨੇ।
आप ही ने आप साजियो, आप ही ने रचियो नाओ, दुई कुदरत साजी है, कर आसन डिठो चाओ, दाता करता है आप तू, तुस देवें करें पसाओ, तू जानोई सब से, दे लैसे जिंद कवाओ, कर आसन डिठो चाओ। महाराज तेरे सारी थां तेरे ने, हर जगह दे उते पार ब्रह्म के सगले ठाऊं, जित जित घर राख है तैसा तिन नाउ। जिहो जहे घर विच तू रह रहा, तेरा नाम ही ओहो जिहा पै गया। जे तू मंदिर च रह रहा, तेनू मंदिर वाला देवता रब लोग आखन लग पे। तू मस्जिद विच बैठा, लोगों ने मस्जिद मसीत वाला रब कह दिता। तू गुरुद्वारे बैठा, तेनू गुरु महाराज कह दिता। तू जेड़े जेड़े थावां ते, जेड़े जेड़े जीवां दे अंदर जिदां जिदां तेरे कर्म देखे, तां सर्व नाम कथै कवण, कर्म नाम बरनत समात। वाहिगुरु जी तेरियां खेडां सारियां ने, हर जगह ज तेरे तेरा वस है। जित जित घर राखै तैसा तिन नाउ। हे वाहिगुरु, जिहो जे ढांचे विच तू परमेश्वर अपनी जोत रख रहा है, ओहो जिहा उस जीव का नाम पै जांदा है, उस जीव तो तेरी पछाण हो जांदी है। आपे कारण आपे करन करावन जोग, महाराज सारा कुछ करन कारण दे योग है, समर्थ है तू। प्रभ भाव है सोई फुन होग, जो परमात्मा नूं पाउंदा हुंदा उही है। साढ़े दौड़ भज नाल असीं कोशिश ते पूरी करदे हां, महाराज ने सानू ये चीज की दात बख्शी है। मैं छोटी उदाहरण देना, गुरु अमरदास महाराज एक दिन कथा करके हटे, ते कथा करके हटे सी इस शब्द की, ए शरीरा मेरे इस जग में आए कै क्या जो कर्म कमाए। तो महाराज ने जिक्र करद्या करद्या कथा च भी कह दस क्या कि शरीर बिन सनहार है, ये खत्म जरूर होएगा। तो नाल ही महाराज ने आख्या भी जो वाहिगुरु की आग्या भाणा आ उन सत करके मनना। तो जो कथा समाप्त हुई तो महाराज लंघ रहे थे, बारिश हो के हटी सी, कच्चियां कंधा गिलियां सी। तो महाराज नाल कुछ सिख तुरे जा रहे थे, वेख्या महाराज ने भी कंध डिगण ही वाली है, हिल रही सी बस, जो हुण जिवें डिग ही पैणी है। तो गुरु साहब ने बाकी सिखां नूं इशारा करके रोकता, महाराज आप भज के गां लंघ गए, तो मगरों कंध डिग पई। सिखां आख्या महाराज, एक सवाल नाल ही पैदा हो गया, सवाल का जवाब दिओ। महाराज तुसीं हुणे आख्या शरीर बिन सनहार है, इनू मौत अटल लाउणी है, तो जदों पातशाह तुहानूं पता सी भी कंध डिगण वाली है, शरीर तो फिर बिन सनहार है, फिर भज्जे काली, फिर गां नूं क्यों होए। गुरु साहब ने बड़ा प्यारा जवाब दिता भी सिखां दा सवाल ठीक है, क्योंकि शंका पैदा होया। महाराज कहिंदे ने भी जरूर ये गल असी कही है, शरीर बिन सनहार है कोई शक नहीं, पर रब ने इस नूं संभालण दी मत भी सानू दित्ती है। वाहिगुरु ने आख्या भी इनू संभालना भी है, समझा इनू संभाल के इहदे को सेवा दा कर्म लैणा है। इस करके जरूरी नहीं भी जदों मर्जी खत्म कर दिओ, इसनू संभाल के कर्म लैणा है इहदे कोलों। महाराज ने यह समझाया भी वाह करन कराउण वाला सब कुछ वाहिगुरु आप है। प्रभ भाव है सोई फुण, जो कुछ होना है ना वह होके रहना, तो जो उन्हूं पाउंदा वह करके रखदा। महाराज एक बाणी बचन आउंदा, पुछ ना साजे पुछ ना ढाहे, पुछ ना देवे ले, अपनी कुदरत आपे जाने आपे करण करे, पसरियो आप होए अंत तरंग। वाहिगुरु तू सारे पासे कई तरंगा दे राही पसा, जिदा समुंदर दे विच सारियां पासे समुंदर दियां लहरां हुंदियां ना, वाहिगुरु सारे पासे तेरी ताकत तेरी बख्शिश तेरी रहमत दियां लहरां वरतदियां पईआं ने, तेरी तरंगा वरतदियां ने, लखे ना जाहे पार ब्रह्म के रंग। महाराज तेरी अचरजता दी तेरे चोजां दी कोई बयानबाजी नहीं कर सकता, तेरे चोज किन्ने ने इन्हां बारे कोई लिखती तौर पर बयान नहीं कर सकता। अखीरली पंक्ति है, जैसी मत दे तैसा प्रगास। तू जिन्हों जिन्हों जिहो जी जिन्नी को मत दिती, उहदी मत ने उन्ना की प्रकाश प्रकाश किया, उहदी मत अंदर उन्नी को समझ है जिन्नी को वह बोलता है, जिन्नी को विचारदा है, ते जिन्ना कुछ किसी का चंगा माड़ा बोल सुनीदा है ना, ते समझीदा भी नहीं इहनू बोल इहनू वाहिगुरु ने मत ही इन्नी को दिती है, वह ता ही इदा बोलता है। जैसी मत दे तैसा प्रकाश, पार ब्रह्म करता विनाश,
वाहेगुरु अकाल पुरख परमात्मा जिहड़ा करता है वह अविनाश है, कदे नाश नहीं हुंदा, सदा 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 दयाल, सदा ही दयाल, सारे जीवां उत्ते रहण वाला, सिमर सिमर नानक पहे निहाल। महाराज कहिंदे सच्चे पातशाह कहिंदे ने उहनूं वाहेगुरु नूं सिमरन करन वाले, याद करन वाले सदा निहाल हो जांदे। विचार करदे होइआं फुल्लां दी खिमा बुलाओ फतेह, वाहेगुरु जी का खालसा वाहेगुरु जी की फतेह।